ਦੇਵ ਫਤਿਹ ਗੁਰਤ ਜੀ ਪੈਜ ਪੰਥ ਜੀ ਰੀਰ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸ੍ਰੀ ਦਾਨ ਦਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਪੁੱਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਾਤਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਵਾਹਿਗੁਰੂ ਜੀਓ ਸਮੂਹ ਸੰਗਤਾਂ ਵੱਲੋਂ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਚੌਧਰੀ ਬੇਨਤੀ ਹੈ ਪਾਤਸ਼ਾਹ ਜੀ ਸੰਸਾਰ ਵਿੱਚ ਵਿਚਰਦਿਆਂ ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਦਿਆਂ ਵਿਛੜੀ ਹੋਈ ਰੂਹ ਸ੍ਰੀ ਵਿਕਾਲ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਆ ਪਿੱਛੇ ਪਰਿਵਾਰ ਸਾਕ ਸੰਬੰਧੀਆਂ ਭੈਣਾਂ ਭਰਾਵਾਂ ਬੱਚਿਆਂ ਦੇ ਸਿਰ 'ਤੇ ਵਿਆਹ ਭਰੇ ਹੱਥ ਰੱਖ ਕੇ ਭਾਣਾ ਮੰਡਣ ਦੀ ਸਮਰੱਥਾ ਬਖਸ਼ਿਸ਼ ਕਰਦੀ ਪਰਿਵਾਰ ਵਿੱਚ ਦੇਹ ਰੂਪਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਨਾਮ ਦੀ ਦਾਤ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਦੀ ਪਰਿਵਾਰ ਵੱਲੋਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਆਪ ਜੀ ਨੂੰ ਸੁੰਦਰ ਪਛਾਣੇ ਪੈਣਾ ਸਤਿਗੁਰ ਜੀ ਅੰਗੀਕਾਰ ਕਰਨੀ ਸੇਵਕ ਪਰਿਵਾਰ ਦੀ ਸਮੁੱਚੀ ਬੋਲੇ ਰਹਿਣ ਨਾ ਪਾਵੇ ਸੁਰ ਦੇਵਾ
ਭੇਖੇ ਜੀ ਹਰਵਾਲ ਵੱਲੋਂ, ਪ੍ਰੇਮ ਸਿੰਘ ਜੀ ਵੱਲੋਂ, ਕੁਲਤਾਰ ਸਿੰਘ ਜੀ ਰੈਣ ਵੱਲੋਂ, ਜਸਪਾਲ ਸਿੰਘ ਵੱਲੋਂ, ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Thank you.
ਨਦੀਆਂ ਬਹ ਵਿਛੁੰਨੀਆਂ ਮੇਲਾ ਜੁਗ ਜੁਗ ਮੀਠਾ ਵਿਸ਼ ਭਰੇ
Yeah.
ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਹਿ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਭਰਾਵਾਂ ਬੱਚਿਆਂ ਦੇ ਸਿਰ ਤੇ ਵਿਆਹ ਪਰਿਆਤ ਰੱਖ ਕੇ
ਭਾਣਾ ਵੰਡਣ ਦੀ ਸਮਰੱਥਾ ਬਖਸ਼ਿਸ਼ ਕਰਨੀ, ਪਰਿਵਾਰ ਵਿੱਚ ਦੇਹ ਰੂਪਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਨਾਮ ਦੀ ਦਾਤ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨੀ, ਪਰਿਵਾਰ ਵੱਲੋਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਆਪ ਜੀ ਨੂੰ ਸੁੰਦਰ ਪਛਾਣੇ ਪੈਣਾ, ਸਤਿਗੁਰੂ ਜੀ ਅੰਗੀਕਾਰ ਕਰਨੀ, ਸੇਵਕ ਪਰਿਵਾਰ ਦੀ ਸਮੁੱਚੀ ਸੇਵਾ ਲੇਖੇ ਵਿੱਚ ਲਾਉਣੀ, ਦੁੱਖਾਂ ਕਲੇਸ਼ਾਂ ਦਾ ਨਾਸ ਸੁੱਖਾਂ ਦਾ ਪ੍ਰਕਾਸ਼ ਕਰਾਉਣਾ, ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਰੱਬ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਤਾਂ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤੇ, ਜੋ ਜੀ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ, ਗਰੀਬ ਨਵਾਜ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਕਿਰਤਾਰਥ ਕਰੋ, ਸੇ ਪਿਆਰੇ ਮੇਲ ਜਿਨ੍ਹਾਂ ਦੇ ਮੇਰੇ ਅੰਦਰ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਆਪ ਸਭ ਮਾਈ ਭਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਖੇਤਰ ਪੂਰੀ ਤਰ੍ਹਾਂ ਹਾਜ਼ਰ ਹੋਏ ਹੋ। ਜਦੋਂ ਸਾਡੇ ਵਿੱਚੋਂ ਮਾਤਾ ਹਰਬੰਸ ਕੌਰ ਜੀ ਪ੍ਰੋਕ ਪਹਿਨੇ ਕਰਕੇ ਅੱਜ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ। ਸਤਿਕਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਹਿਣ ਨਾ ਪਾਵੇ ਸੁਰ ਦੇਵਾ ਕੋਟ ਸੁਧਾਰੇ ਕਰਮੁੰਜਲ ਸੇਵਾ ਜੀਵਤ ਪੇਖੇ ਦੀ ਹਰ ਹਰ ਕੇ ਆਇਆ ਸਾਧ ਸੰਗਤ ਦੇ ਦਰਸ਼ਨ ਪਾਇਆ। ਸਾਹਿਬ ਇਸ ਸੰਸਾਰ ਦੀ ਅਸਲੀਅਤ ਨੂੰ ਬਿਆਨ ਕਰਦੇ ਨੇ, ਦ੍ਰਿਸ਼ਟ ਮਾਰਿਆ ਸਗਲ ਮਿਠਾਇਆ ਇਸ ਮਿੱਠਾ ਸੰਸਾਰ ਤੋਂ ਨਾ ਕੇਵਲ 84 ਦੇ ਜੀਵ ਜਿਸ ਚੀਜ਼ ਨੂੰ ਵੀ ਮੁੱਖ ਦੀ ਅੱਖ ਦੇਖ ਸਕਦੀ ਹੈ ਉਹ ਸਭ ਅਸਲ ਵਿੱਚ ਮਿੱਠਿਆ ਹੈ। ਜੈਸਾ ਸੁਪਨਾ ਰਹਿਣ ਦਾ ਤੈਸਾ ਇਹ ਸੰਸਾਰ, ਐਸਾ ਗੁਰਬਾਣੀ ਨੇ ਸਮਤ ਦਿੱਤੀ ਹੈ। ਉਸ ਅਟਲ ਹੁਕਮ ਅਨੁਸਾਰ ਇਸ ਜੀਵ ਦਾ ਸਾਹਾ ਲਿਖ ਕੇ ਵਾਹਿਗੁਰੂ ਅਕਾਲ ਪੁਰਖ ਨੇ ਸੰਸਾਰ 'ਤੇ ਭੇਜਿਆ। ਸੰਸਾਰ ਅੰਦਰ ਸਾਹਾ ਅਸੀਂ ਕਹਿੰਦੇ ਹਾਂ, ਬੱਚੇ ਦੀ ਸ਼ਾਦੀ ਦਾ ਦਿਨ ਨੀਤ ਕੀਤਾ, ਕੋਈ ਰੁਕਾਵਟ ਪਈ ਅੱਗੇ ਪਿੱਛੇ ਕਰ ਲਿਆ, ਪਰ ਇਸ ਜੀਵ ਦਾ ਸਾਹਾ ਜੋ ਵਾਹਿਗੁਰੂ ਅਕਾਲ ਪੁਰਖ ਨੇ ਲਿਖਿਆ ਹੈ। ਫਰੀਦ ਜੀ ਕਹਿੰਦੇ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ, ਜਿੰਦ ਬਹੁਤੀ ਮਨ ਵਰ ਲੈ ਜਾ ਸੀ ਪੁਰਣਾਏ। ਤੋ ਉਸ ਹੁਕਮ ਅਨੁਸਾਰ ਉਸ ਦਰਗਾਹੀ ਅਟਲ ਹੁਕਮ ਅਨੁਸਾਰ ਮਾਤਾ ਜੀ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਇੱਕ ਨੇਕ ਪਰਿਵਾਰ ਸਮਾਜ ਨੂੰ ਦੇ ਕੇ, ਜਿੱਥੇ ਪਰਿਵਾਰ ਦਾ ਬਾਹਰਲੀ ਦੁਨੀਆਂ 'ਚ ਦੁਬਈ ਅੰਦਰ ਬਹੁਤ ਸਾਰਾ ਕਾਰੋਬਾਰ ਦਾ, ਉੱਥੇ ਇੱਥੇ ਛੋਟਾ ਬੇਟਾ ਉਹਨਾਂ ਦਾ ਜਸਪਾਲ ਸਿੰਘ ਉਸ ਅਦਾਰੇ ਨੂੰ ਇੱਥੇ ਸੰਭਾਲ ਰਿਹਾ। ਅਸੀਂ ਦੇਖ ਰਹੇ ਹਾਂ ਜਸਪਾਲ ਸਿੰਘ ਰਾਹੀਂ ਕਿ ਪਰਿਵਾਰ ਸਾਰੇ ਦਾ ਸਾਰਾ ਗੁਰੂ ਘਰ ਨਾਲ ਜੁੜਿਆ ਹੋਇਆ ਔਰ ਹਰ ਵਕਤ ਮੁਹੱਲੇ ਦੇ ਹਰ ਇੱਕ ਕੰਮ ਵਿੱਚ ਅੱਗੇ ਹੋ ਕੇ ਇਹ ਸੱਜਣ ਇਹਨਾਂ ਦਾ ਛੋਟਾ ਸਪੁੱਤਰ ਮਾਤਾ ਜੀ ਦਾ ਵੱਡੇ ਵੀਰਾਂ ਦੀ ਉੱਥੋਂ ਦੀ ਹਦਾਇਤ ਅਨੁਸਾਰ ਸਮਾਜ ਦੇ ਅੰਦਰ ਭਾਈਚਾਰੇ ਦੇ ਅੰਦਰ ਬਹੁਤ ਹੀ ਸ਼ਰੀਫ ਨੇਕ ਪਰਿਵਾਰ ਸਾਰਾ ਹੈ। ਤੋ ਇਹ ਮਾਤਾ ਜੀ ਦੀ ਦੇਣ ਹੈ, ਗੁਰਦੇਵ ਮਾਤਾ। ਮਾਤਾ ਸਭ ਤੋਂ ਪਹਿਲਾਂ ਟੀਚਰ ਹੈ ਬੱਚੇ ਦਾ ਔਰ ਗੁਰਬਾਣੀ ਨੇ ਵੀ ਇਸ ਨੂੰ ਪ੍ਰਮਾਣਿਤ ਕੀਤਾ। ਗੁਰਦੇਵ ਮਾਤਾ ਸਭ ਤੋਂ ਪਹਿਲਾਂ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ। ਇਸ ਵਾਸਤੇ ਤੁਸੀਂ ਅੱਜ ਜਿੱਦਰੇ ਵੀ ਸੱਜਣ, ਸਮਾਂ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ। ਗੁਰਬਾਣੀ ਅੰਦਰ ਇਸ ਸਮੇਂ ਪ੍ਰਥਾ ਹੈ, ਇਸ ਜੀਵ ਨੂੰ ਬਹੁਤ ਸੁਮਤ ਹੈ। 84 ਲੱਖ ਦੂਨੀ ਦੇ ਅੰਦਰ ਇਹ ਸਭ ਨਾਲੋਂ ਉੱਤਮ ਜਨਮ ਸੋ ਮਾਨਸ ਦੇਹੀ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਦਿਨ ਬਰੀਆ। ਇਸ 'ਤੇ ਪਹਿਰਾ ਦਿੰਦਿਆਂ ਮਾਤਾ ਜੀ ਨੇ ਜੀਵਨ ਬਸਰ ਕੀਤਾ ਹੈ। ਤੋ ਸੇਵਾ ਪਰਿਵਾਰ ਵੱਲੋਂ ਆਖਣ ਦੀ ਕੋਈ ਲੋੜ ਨਹੀਂ। ਜਿਸ ਦਿਨ ਮਾਤਾ ਜੀ ਦਾ ਸੰਸਕਾਰ ਸੀ, ਭਾਵੇਂ ਸਾਰਾ ਪਰਿਵਾਰ ਬੈਰਾਗ ਵਿੱਚ ਸੀ, ਪਰ ਜਸਪਾਲ ਨੂੰ ਦੇਖਿਆ ਅਤੇ ਕਹਿ ਰਿਹਾ ਸੀ ਕੋਈ ਚਿੰਤਾ ਹੀ ਨਹੀਂ ਸੀ। ਮਾਤਾ ਜੀ ਘਰ ਵਿੱਚ ਸਨ, ਜਿਸ ਵੇਲੇ ਮਰਜ਼ੀ ਘਰ ਆ ਜਾਈਏ। ਬਹੁਤ ਆਸਰਾ ਹੁੰਦਾ ਹੈ ਵੱਡਿਆਂ ਦੇ ਬੈਠਿਆਂ ਦਾ, ਜਿੱਥੇ ਪਰਿਵਾਰ ਨੂੰ ਇਹ ਵੱਡਾ ਸਦਮਾ ਪਹੁੰਚਿਆ ਹੈ, ਉੱਥੇ ਰਿਸ਼ਤੇਦਾਰ ਸੁਨੇਹੀ ਵੀ ਉਸ ਸਯੋਗ ਮਾਤਾ ਨੂੰ, ਉਸ ਗੁਣਵੰਤੀ ਮਾਤਾ ਨੂੰ ਯਾਦ ਕਰਦੇ ਹੋ। ਤੁਸੀਂ ਸਾਰੇ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਹੋ। ਪ੍ਰਤਿਸ਼ਠਿਤ ਸੱਜਣ ਬੈਠੇ ਨੇ, ਸੈਕਟਰੀ ਸਾਹਿਬ ਨੇ ਦੱਸ ਦਿੱਤਾ, ਪਰ ਪਰਿਵਾਰ ਵੱਲੋਂ ਹੋਏ ਹੁਕਮ ਅਨੁਸਾਰ ਮੈਂ ਸਾਰੀ ਸੰਗਤ ਦਾ, ਰਿਸ਼ਤੇਦਾਰਾਂ ਦਾ, ਮਾਤਾਵਾਂ ਭੈਣਾਂ ਬੱਚੀਆਂ ਦਾ, ਜੋ ਜੋ ਵੀ ਇਸ ਮਾਤਾ ਜੀ ਦੀ ਅੰਤਮ ਅਰਦਾਸ ਆ ਕੇ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਤੁਸੀਂ ਅਰਦਾਸ ਅੰਦਰ ਜੁੜੇ ਹੋ, ਤੁਹਾਡਾ ਸਭ ਦਾ ਪਰਿਵਾਰ ਰਿਣੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖ ਵਰਤੇ ਕੀ ਗੁਰੂ ਕਾ ਲੰਗਰ, ਚਾਹ ਦਾ ਲੰਗਰ ਸਭ ਹਾਜ਼ਰ ਹੈ ਪਰਿਵਾਰ ਵੱਲੋਂ। ਸਿਨੇਮਰ ਬੇਨਤੀ ਹੈ ਜਿਹਨਾਂ ਨੇ ਨਹੀਂ ਛੱਕਿਆ, ਛੱਕੇ ਜਾਣ ਦੀ ਕਿਰਪਾਲਤਾ ਕਰਨੀ। ਇਸ ਦੁੱਖ ਦੇ ਸਮੇਂ ਅੰਦਰ ਸ਼ਰੀਕ ਹੋ ਕੇ ਪਰਿਵਾਰ ਦੇ ਦੁੱਖ ਨੂੰ ਘਟਾਉਣ ਵਾਸਤੇ ਆਪ ਸਾਰਿਆਂ ਦਾ ਕੋਟਾਂ ਫਿਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਮੈਂ
ਗੱਲ ਦਾ ਖਾਸ ਜ਼ਿਕਰ ਕਰਨਾ ਹੈ ਕਿ ਮਾਤਾ ਪਿਤਾ ਦੀ ਸੇਵਾ ਜਿਹੜੀ ਹੈ ਬਹੁਤ ਵੱਡੀ ਸੇਵਾ ਹੈ ਅਤੇ ਜ਼ਿਆਦਾ ਹਿੱਸਾ ਸੇਵਾ ਦਾ ਭਾਈ ਜਸਪਾਲ ਸਿੰਘ ਦੇ ਆਇਆ ਅਤੇ ਇਹਨਾਂ ਦੀ ਛੋਟੀ ਬੇਟੀ ਜਿਹੜੀ ਹੈ ਉਹਦਾ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੂੰਗਾ ਕਿ ਉਹਨਾਂ ਨੇ ਬਹੁਤ ਹੀ ਤਨ ਮਨ ਧਨ ਨਾਲ ਆਪਣੇ ਦਾਦੀ ਜੀ ਦੀ ਸੇਵਾ ਕੀਤੀ ਹੈ। ਪਰਿਵਾਰ ਆਪਣੀ ਨੇਕ ਕਮਾਈ ਨੂੰ ਸਫਲ ਕਰਦੇ ਹੋਏ ਗੁਰਸਥਾਨਾਂ ਦੀ ਸੇਵਾ ਕੀਤੀ ਹੈ। 5500 ਰੁਪਈਆ ਇਸ ਸਥਾਨ ਲਈ ਗੁਰਦੁਆਰਾ ਸੁਖਮਨੀ ਸਾਹਿਬ ਲਈ, 5500 ਰੁਪਈਆ ਗੁਰਦੁਆਰਾ ਸਾਹਿਬ ਜੇਲ ਸਿੰਘ ਨਗਰ ਲਈ, 5500 ਰੁਪਈਆ ਗੁਰਦੁਆਰਾ ਸਾਹਿਬ ਪੱਖੋਵਾਲ ਜੋ ਇਹਨਾਂ ਦੀ ਜੱਦੀ ਜਗ੍ਹਾ ਹੈ, 5500 ਰੁਪਈਆ ਸ਼ਮਸ਼ਾਨ ਘਾਟ ਪੱਖੋਵਾਲ ਲਈ ਉਹ ਵੀ ਇਹਨਾਂ ਦੀ ਜੱਦੀ ਜਗ੍ਹਾ 'ਤੇ, 5100 ਰੁਪਈਆ ਆਪਣੀ ਸ਼ਮਸ਼ਾਨ ਘਾਟ ਜੋ ਦਾਣਾ ਮੰਡੀ 'ਚ ਹੈ ਉਸ ਲਈ ਇਹਨਾਂ ਨੇ ਸੇਵਾ ਕੀਤੀ ਹੈ। ਸਾਡੀ ਅਰਦਾਸ ਹੈ ਮਹਾਰਾਜ ਅੱਗੇ ਵੀ ਜਿਸ ਆਸ਼ੇ ਨੂੰ ਮੁੱਖ ਰੱਖ ਕੇ ਸੇਵਾ ਕੀਤੀ ਗਈ ਹੈ ਉਹ ਮਹਾਰਾਜ ਜੀ ਉਹਨਾਂ ਦੇ ਆਸ਼ੇ ਪ੍ਰਵਾਨ ਕਰਨਗੇ। ਸਾਡੇ ਵਿੱਚ ਸਤਿਕਾਰ ਜੋ ਰਣਜੀਤ ਸਿੰਘ ਜੀ ਭਟੌੜੇ ਐਕਸ ਕੌਂਸਲਰ, ਸਰਦੀਪ ਸਿੰਘ ਜੀ ਬਾਬਾ ਐਕਸ ਕੌਂਸਲਰ, ਹੋਰ ਵੀ ਬਹੁਤ ਸਾਰੇ ਸੱਜਣ ਆਏ ਨੇ ਰਿਆਤ ਪਰਿਵਾਰ ਵੱਲੋਂ, ਪ੍ਰੇਮ ਸਿੰਘ ਜੀ ਵੱਲੋਂ, ਅਵਤਾਰ ਸਿੰਘ ਜੀ ਰਿਆਤ ਵੱਲੋਂ, ਜਸਪਾਲ ਸਿੰਘ ਵੱਲੋਂ, ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।